बिस्मिल्लाहिर्रहमानिर्रहीम, अस्सलाम वालेकुम। अस्सलाम वालेकुम। अल्लाह मेहरबान में खुश रखे, बात रखे। इससे जांच कर दें, मुश्किल पर प्रेस कर दें, आप वहां पे जाएं टाइम की तरह सब्सक्राइब कर दें, बेल बटन लाजम प्रेस करो ताकि सारी आने वाली हर वीडियो टाइम से तक तक पहुंच सके। अच्छा जी, आज की वीडियो कुछ इस तरह दिया, क्योंकि जी सब तो पहला मैं अपनी जो फैमिली को माजर चाहनी हूं, क्योंकि मेरी किसी गल का गुस्सा ना करन ते ना मैं अपनी जो फैमिली कह रही हूं, ਜਿਹੜੀਆਂ ਫੈਮਿਲੀ ਮੈਨੂੰ ਸਪੋਰਟ ਕਰਦੀਆਂ ਔਰ ਪਿਆਰ ਦਿੰਦੀਆਂ, ਮੈਂ ਉਹਨਾਂ ਨੂੰ ਨਹੀਂ ਕਹਿ ਰਹੀ। ਜੋ ਕੁਛ ਅੱਜ ਮੈਂ ਕਹਾਂਗੀ ਨਾ, ਮੈਂ ਉਹਨਾਂ ਨੇ ਕਹਿਣਾ ਹੈਗਾ, ਜਿਸ ਜਿਹਨੇ ਕਮੈਂਟ ਕੀਤਾ ਨਾ, ਸਿਰਫ ਉਹਦੇ ਵਾਸਤੇ ਆ ਇਹ ਵਾਲੀ ਮੇਰੀ ਵੀਡੀਓ। ਅੱਲਾ ਪਾਕ ਉਹ ਵੀ ਤੇ ਹੈ ਨਾ, ਜਿਹੜੇ ਬੱਚਿਆਂ ਨੂੰ ਤਰਸਦੇ ਆ, ਤਰਸਦੇ ਨਾ ਲਾ ਦਲੋ, ਅੱਲਾ ਧੀ ਦੇ ਦਵੇ ਲਾਦ ਦਵੇ ਸਹੀ, ਠੀਕ ਹੈ ਨਾ। ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਆਪਣੀ ਯੂਟਿਊਬ ਫੈਮਿਲੀ ਨੂੰ, ਗੁੱਜਰ ਨਾਂ ਦੀ ਆਈਡੀ ਆ ਜਿਹਦੇ ਜਿਹਨੇ ਸਾਨੂੰ ਕਮੈਂਟ ਕੀਤੇ ਆ। ਅਰਸਲਾਨ ਦੇ ਬੱਚੇ ਬਹੁਤ ਕਾਲੇ ਆ, ਅੱਲਾ ਕਰਕੇ ਮਰ ਜਾਣ, ਔਰ ਨਾਲੇ ਉਜ਼ਮਾ ਦੇ ਬੱਚੇ ਮਰ ਜਾਣ। ਕਿਉਂ ਕਿਉਂ ਮਰ ਜਾਣ? ਮੇਰੇ ਬੱਚੇ ਕਿਸੇ ਕੋਲ ਲੈ ਕੇ ਖਾਂਦੇ ਆ ਜਾਂ ਤੇਰੇ ਕੋਲੋਂ ਆਣ ਕੇ ਹੱਥ ਅੱਗੇ ਟੱਡ ਕੇ ਮੰਗਦੇ ਆ, ਸਾਨੂੰ ਖਾਣ ਨੂੰ ਦੇ ਕੇ ਜਾਣਾ, ਜਾਂ ਦੇ ਕੇ ਜਾਣੀ ਜਾਂ ਜਾਣਾ। ਗੁੱਜਰ ਨਾਂ ਦੀ ਵਿਆਹ ਦੂਸਰਾ ਐਡੀ, ਮੇਰੇ ਭਤੀਜੇ ਭਤੀਜੀਆਂ, ਅੱਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ। ਉਹ ਕਾਲੇ ਆ, ਉਹ ਚਿੱਟੇ ਆ, ਸਾਡੇ ਵਾਸਤੇ ਹੀਰੇ ਹੀ ਆ, ਠੀਕ ਹੈ ਨਾ। ਮੈਨੂੰ ਲੱਗਦਾ ਤੈਨੂੰ ਲਾ ਦੀ ਕਦਰ ਹੈ ਨੀ, ਤੇ ਕੋਈ ਲਾਦ ਹੋਵੇ ਨਾ ਤੇ ਜੇ ਥੋੜੀ ਜਿਹੀ ਗੈਰਤ ਕਰਦੀ ਕਰਦਾ ਬੋਲ ਲੱਗਾ, ਮੈਂ ਕਿਸੇ ਦੀ ਲਾਦ ਨੂੰ ਬੋਲਣ ਕੀ ਲੱਗਾ। ਅਰਸਲਾਨ ਦੇ ਬੱਚੇ ਛੋਟੇ ਛੋਟੇ ਆ, ਉਹ ਜਿੱਦਾਂ ਦੇ ਵੀ ਆ, ਰੱਬ ਨੇ ਜਿੱਦਾਂ ਦੇ ਦਿੱਤੇ ਆ, ਅਸੀਂ ਬਹੁਤ ਜ਼ਿਆਦਾ ਖੁਸ਼ ਆ। ਸਾਡੇ ਭਤੀਜੇ ਭਤੀਜੀਆਂ, ਸਾਨੂੰ ਪੁੱਫੀ ਕਹਿਣ ਵਾਲਾ ਕੋਈ ਹੈਗਾ ਹੈ? ਸਾਡੇ ਵਾਸਤੇ ਤੇ ਹੀਰੇ ਆ, ਤੈਨੂੰ ਤਕਲੀਫ ਕਿਹੜੀ? ਮੈਂ ਦੱਸ, ਤੂੰ ਕਿਹੜੀ ਵਜ੍ਹਾ ਤੋਂ ਕਿਹਾ ਜੀ ਅਰਸਲਾਨ ਦੇ ਬੱਚੇ ਮਰ ਜਾਣ? ਕਿਹੜੀ ਗੱਲੋਂ ਮਰ ਜਾਣ? ਗੈਰਤ ਨੀ ਆਉਂਦੀ, ਸ਼ਰਮ ਨੀ ਆਉਂਦੀ ਬੋਲਣ ਲੱਗੇ? ਮੈਂ ਬੋਲਣ ਕੀ ਲੱਗਾ ਮੂੰਹ ਦੇ ਵਿੱਚੋਂ? ਥੋੜਾ ਬਹੁਤ ਨਾ ਹਯਾ ਕਰਨਾ ਚਾਹੀਦਾ ਬੰਦੇ ਨੂੰ ਬੋਲਣ ਲੱਗਿਆ। ਮੈਂ ਵੀਡੀਓ ਦੇ ਨੀਚੇ ਕਮੈਂਟ ਕੀ ਲੱਗਾ ਕਰਨ? ਅਗਲਾ ਬੰਦਾ ਪੜੂਗਾ, ਅਗਲਾ ਬੰਦਾ ਵੀ ਜਿਹੜਾ ਅਗਾਂ ਬੈਠਾ ਵਾ, ਉਹ ਵੀ ਇੱਕ ਇਨਸਾਨ ਆ, ਜਿਹੜਾ ਪੜੂਗਾ ਪੜ ਕੇ ਚੁੱਪ ਕਰ ਜੂ। ਮਗਰ ਨਾਲੇ ਤੈਨੂੰ ਕਿੰਨਾ ਜ਼ੁਰਤ ਦਿੱਤੀ ਇੰਨੀ ਨਿਮਤ ਸਾਡੀ ਲਾਦ ਦੇ ਬਾਰੇ ਉੱਠ ਕਿ ਤੂੰ ਇਹ ਗੱਲਾਂ ਕਰੇ? ਨਾਲੇ ਉਜ਼ਮਾ ਦੇ ਬੱਚੇ ਕਿਸੇ ਕੋਲ ਮੰਗ ਕੇ ਖਾਂਦੇ ਨਹੀਂ, ਖੁਦ ਕਮਾ ਕੇ ਬੱਚਿਆਂ ਨੂੰ ਖਿਲਾਉਂਦੀ ਆ, ਔਰ ਇਹਨਾਂ ਦਾ ਪਿਓ ਖਵਾਉਂਦਾ, ਕਿਸੇ ਕੋਲ ਮੰਗ ਕੇ ਨੀ ਮੈਂ ਆਪਣੇ ਬੱਚਿਆਂ ਨੂੰ ਪਾਲਣ ਦੇਈ। ਤੇ ਐਂਦਾ ਖਬਰਦਾਰ, ਜੇ ਮੇਰੇ ਬੱਚਿਆਂ ਦੇ ਬਾਰੇ ਐਸਾ ਵੈਸਾ ਕਮੈਂਟ ਕੀਤਾ, ਸੁਣਿਆ ਨਾ? ਵੀਡੀਓ ਦੇਖ ਰਹੀ ਆ? ਦੇਖ, ਨਹੀਂ ਦੇਖ ਰਹੀ ਸ਼ੱਕ ਨਾ ਦੇਖ, ਤੇਰੇ ਮੈਂ ਵਿਊਜ਼ਾਂ ਤੇ ਨੀ ਬੈਠੀ। ਬੰਦੇ ਹੈ ਨਾ ਜਿਹੜੇ ਲਾ ਚਲੋ ਤਰਸਦੇ ਫਿਰਦੇ ਆ, ਕਿੰਨੇ ਸਾਡੇ ਭੈਣਾਂ ਭਰਾ ਵਾ ਇਸ ਪਾਕਿਸਤਾਨ ਦੀ ਕੰਟਰੀ ਵਿੱਚ, ਬਾਹਰ ਦੀ ਕੰਟਰੀ, ਕਿੰਨੀ ਵਾਮ ਆ ਜਿਹੜੀ ਲਾ ਚਲੋ ਤਰਸਦੀ ਆ। ਮੈਨੂੰ ਲੱਗਦਾ ਤੂੰ ਹੈ ਹੀ ਨਾ ਸ਼ੁਕਰਾ ਵਾ, ਕਿਸੇ ਦੀ ਲਾਦ ਦੇ ਬਾਰੇ ਕੁਛ ਬੋਲਣ ਲੱਗਿਆ ਨਾ ਲਫ਼ਜ਼, ਬੰਦੇ ਨੂੰ ਸੋਚਣਾ ਚਾਹੀਦਾ ਵਾ, ਮੈਂ ਕਿਸੇ ਦੀ ਲਾਦ ਬਾਰੇ ਕਿਉਂ ਲੱਗਾ ਬੋਲਣ? ਕਿ ਮੇਰੇ ਬੱਚੇ ਮਾੜੇ ਆ? ਮੇਰੇ ਬੱਚੇ ਜਿੱਦਾਂ ਦੇ ਵੀ ਆ, ਸਭ ਤੋਂ ਵੱਡੀ ਦੌਲਤ ਹੁੰਦੀ ਆ ਲਾਦ,
ਤੇ ਮੇਰੇ ਕੋਲ ਸਭ ਤੋਂ ਵੱਡੀ ਦੌਲਤ ਮੇਰੀ ਲਾਦ ਆ, ਮੈਨੂੰ ਹੋਰ ਪੈਸੇ ਦੀ ਕਿਸੇ ਸ਼ੈ ਦੀ ਜ਼ਰੂਰਤ ਨਹੀਂ। ਕਿਉਂਕਿ ਸਿਆਣੇ ਸਿਆਣੇ ਕਹਿੰਦੇ ਜਿਹਦੇ ਕੋਲ ਲਾਦ ਹੈ ਨਾ, ਧੀਆਂ ਪੁੱਤ ਹੈਗੇ ਨਾ, ਉਹ ਸਭ ਕੁਛ ਉਸ ਬੰਦੇ ਕੋਲ ਹੈਗਾ। ਤੇ ਸ਼ੁਕਰ ਅਲਹਮਦੁਲਿਲਾ, ਮੈਂ ਸ਼ੁਕਰ ਕਰਦੀ ਹਾਂ ਸੋਹਣੇ ਰੱਬ ਦੀ ਜ਼ਾਤ ਦਾ, ਰੱਬ ਨੇ ਜਿੱਥੇ ਰੱਖਿਆ ਨਾ ਮੈਨੂੰ, ਮੈਂ ਬਹੁਤ ਸੋਹਣੀ ਹਾਂ, ਸ਼ੁਕਰ ਕਰਦੀ ਹਾਂ। ਤੇ ਮੇਰੇ ਬੱਚੇ ਮਾਸ਼ਾਅੱਲਾ ਖਾ ਕੇ ਸੌਂਦੇ, ਕਿਸੇ ਕੋਲ ਮੰਗ ਕੇ ਨਹੀਂ ਖਾਂਦੇ। ਮੈਨੂੰ ਲੱਗਦਾ ਤੂੰ ਕਹਿਣ ਤੇ ਏਦਾਂ ਦਿਆ ਕਮੈਂਟ ਦੇ ਵਿੱਚ ਆਣ ਕੇ ਜਿਵੇਂ ਤੇਰੇ ਕੋਲ ਮੰਗ ਕੇ ਖਾਂਦੇ ਮੇਰੇ ਬੱਚੇ, ਤੂੰ ਸਾਨੂੰ ਆਣ ਕੇ ਖਾਣ ਨੂੰ ਦੇ। ਅੱਜ ਕਮੈਂਟ ਕਰਤਾ ਐਂਦਾ, ਇਸ ਐਡੀ ਤੇ ਕਮੈਂਟ ਨਾ ਕਰੀ, ਇਸ ਐਡੀ ਤੇ ਵੀ ਤੇ ਓਦਾਂ ਵੀ ਕਮੈਂਟ ਕਰਨ ਦੀ ਕੋਈ ਜ਼ਰੂਰਤ ਨਹੀਂ। ਖਬਰਦਾਰ, ਵੀਡੀਓ ਦੇਖ ਰਹੀ ਆ ਦੇਖ, ਨਹੀਂ ਦੇਖ ਬਸ਼ੱਕ ਨਾ ਦੇਖ। ਬੰਦੇ ਥੋੜਾ ਬਹੁਤਾ ਸੋਚਣਾ ਚਾਹੀਦਾ ਵਾ ਮੈਂ ਕਿਸੇ ਦੀ ਲਾਦ ਬਾਰੇ ਕੀ ਲੱਗਾ ਬੋਲਣ। ਤੇਰੀ ਲਾਦ ਬਾਰੇ ਮੈਂ ਹੀ ਉੱਠ ਕੇ ਬੋਲਾਂ, ਤੈਨੂੰ ਬੁਰਾ ਮਹਿਸੂਸ ਲੱਗਣਾ ਕਿ ਲੱਗਣਾ, ਦੁੱਖ ਲੱਗਣਾ ਕਿ ਲੱਗਣਾ, ਕਿਉਂ ਮੈਂ ਨਹੀਂ ਬੋਲਣਾ ਚਾਹੁੰਦੀ। ਤੂੰ ਬੋਲ ਲਿਆ ਮੈਂ ਬੋਲ ਲਿਆ ਨਾ, ਤੇਰੇ ਮੇਰੇ ਚ ਫਰਕ ਨਹੀਂ ਰਹਿਣਾ ਫਿਰ, ਠੀਕ ਨਾ। ਤੈਨੂੰ ਜਵਾਬ ਦੇਣਾ ਹੀ ਮੈਂ ਬਿਹਤਰ ਸਮਝਿਆ, ਮੈਂ ਕਿਹਾ ਜਵਾਬ ਦੇਣਾ ਬਿਹਤਰ, ਠੀਕ ਹੈ ਨਾ। ਮੈਂ ਐਸਾ ਵੈਸਾ ਕੋਈ ਬੋਲ ਨਹੀਂ ਮੂੰਹ ਚੋਂ ਕੱਢਣਾ ਚਾਹਣਾ ਨਹੀਂ ਹੈਗੀ, ਕੋਈ ਐਸਾ ਐਸਾ ਬੋਲ ਨਿਕਲੇ ਮੇਰੀ YouTube ਫੈਮਿਲੀ ਨੂੰ ਬੁਰਾ ਮਹਿਸੂਸ ਲੱਗੇ, ਠੀਕ ਹੈ ਨਾ। ਤੇਰੇ ਵਾਸਤੇ ਇੰਨਾ ਹੀ ਕਾਫੀ ਆ, ਜਿਹੜਾ ਤੂੰ ਨਾ ਮੈਨੂੰ ਜਿਹੜਾ ਕਮੈਂਟ ਕੀਤਾ ਨਾ, ਐਂਦਾ ਕਮੈਂਟ ਨਾ ਕਰੀ, ਠੀਕ ਹੈ ਨਾ। ਭਾਵਾਂ ਕਾਲੇ ਆ ਭਾਵਾਂ ਚਿੱਟੇ ਆ, ਜੋ ਵੀ ਆ, ਸਾਡੇ ਵਰਗੇ ਸਾਡੇ ਵਾਸਤੇ ਬਹੁਤ ਆ, ਰੱਬ ਨੇ ਬਹੁਤ ਸੋਹਣੇ ਬਣਾਏ ਆ। ਔਰ ਕਾਲੀਆਂ ਸੂਰਤਾਂ ਚਿੱਟੀਆਂ ਸੂਰਤਾਂ ਰੱਬ ਦੀ ਦੇਣ ਆ, ਚਿੱਟੇ ਰੰਗ, ਸਿਆਣੇ ਕਹਿੰਦੇ ਨਾ ਬੰਦੇ ਦਾ ਰੰਗ ਨਹੀਂ ਦੇਖੀਦਾ ਗੁਣ ਦੇਖੀਦੇ ਆ। ਰੰਗ ਦਾ ਕੀ ਆ, ਉਹ ਕਹਿੰਦੇ ਨਾ ਰੰਗ ਤਾਂ ਚਿੱਟਾ ਹੋਊਗਾ ਤੇ ਅੰਦਰੋਂ ਤਾਂ ਕਾਲਾ ਹੋਊ। ਤੇ ਰੱਬ ਨੇ ਸਾਨੂੰ ਜਿਹੜੇ ਦਿੱਤੇ ਨਾ, ਸਾਨੂੰ ਧੀਆਂ ਪੁੱਤ ਬਹੁਤ ਸੋਹਣੇ ਦਿੱਤੇ ਆ, ਸਾਡੇ ਵਾਸਤੇ ਹੀਰੇ ਆ। ਮਗਰ ਥੋੜਾ ਜਿਹਾ ਨਾ ਬੁੱਲ ਲੱਗਾ ਬੰਦਾ ਸੋਚ ਲਵੇ ਮੈਂ ਕਮੈਂਟ ਕਿਸ ਤਰ੍ਹਾਂ ਲੱਗਾ ਕਰਨ, ਜਾਂ ਉਹਨਾਂ ਨੂੰ ਸੋਚ ਕੇ ਕਿ ਮੇਰਾ ਭਰਾ ਹੁਣ ਬੈਠਾ ਉੱਥੇ, ਉਹਨਾਂ ਦੀ ਲਾਦ ਆ। ਭਾਈ ਨੇ ਮੈਨੂੰ ਫੋਨ ਕੀਤਾ, ਆਪੇ ਮੈਨੂੰ ਇਸ ਤਰ੍ਹਾਂ ਨਾ ਇਸ ਤਰ੍ਹਾਂ ਵੀਡੀਓ ਨੀਚੇ ਕਮੈਂਟ ਦੇ ਜਾਣ, ਔਰ ਤੇਰੇ ਬੱਚਿਆਂ ਦੇ ਬਾਰੇ ਵੀ ਔਰ ਮੇਰੇ ਬੱਚਿਆਂ ਦੇ ਬਾਰੇ ਵੀ। ਬਹੁਤ ਦਿਲ ਦੁਖਦਾ ਜਦੋਂ ਬੰਦਾ ਇਸ ਤਰ੍ਹਾਂ ਦੇ ਕਮੈਂਟ ਕਰਦਾ ਨਾ, ਬਹੁਤ ਜ਼ਿਆਦਾ ਦਿਲ ਦੁਖਦਾ, ਕਿਉਂਕਿ ਇੱਕ ਅਸੀਂ ਵੀ ਇਨਸਾਨ ਆ, ਠੀਕ ਹੈ ਨਾ। ਬੰਦੇ ਥੋੜ੍ਹਾ ਬਹੁਤਾ ਸੋਚਣਾ ਚਾਹੀਦਾ ਮੈਂ ਕਮੈਂਟ ਕਰਨ ਲੱਗਾ, ਮੈਂ ਕਿਸ ਤਰ੍ਹਾਂ ਦਾ ਕਮੈਂਟ ਕਰਾਂ। ਤੇ ਨਹੀਂ ਵੀਡੀਓ ਅੱਛੀ ਲੱਗਦੀ ਬਸ਼ੱਕ ਨਾ ਦੇਖਿਆ ਕਰ, ਠੀਕ ਹੈ ਨਾ। ਜੇ ਤੈਨੂੰ ਮੇਰੀ ਕੋਈ ਗੱਲ ਦਾ ਬੁਰਾ ਮਹਿਸੂਸ ਲੱਗਿਆ ਹੋਵੇ ਨਾ, ਉਹ ਸਾਰਾ ਆਰਾਮ ਜੀ ਮੈਂ ਜਿੱਦਾਂ ਦਾ ਅੱਗੋਂ ਮੈਂ ਕਮੈਂਟ ਕੀਤਾ ਸੀ ਨਾ, ਉਦਾਂ ਦਾ ਉਸ ਬੰਦੇ ਨੇ ਮੈਨੂੰ ਬੋਲਿਆ, ਠੀਕ ਹੈ ਨਾ। ਮਗਰ ਮੈਂ ਫਿਰ ਵੀਰੇ 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 ਨੂੰ ਕਿਹਾ, ਮੈਂ ਕਿਹਾ ਮੇਰਾ ਵੀ ਲਾਦ ਕਾਲੀ ਹੈ ਚਿੱਟੀ ਆ, ਮਾਂ ਪਿਓ ਵਾਸਤੇ ਨਾ ਉਹ ਬਹੁਤ ਸੋਹਣੀ ਲਾਦ ਹੁੰਦੀ ਆ, ਠੀਕ ਹੈ ਨਾ। ਮੈਂ ਕਿਹਾ ਤੂੰ ਪਰੇਸ਼ਾਨ ਕਿਉਂ ਦਿਆ ਹੁਣ, ਮੈਂ ਕਿਹਾ ਇਹਦੇ ਚ ਉਹ ਰੱਬ ਨੇ ਦਿੱਤੀ ਆ, ਇਹਦੇ ਚ ਬੰਦੇ ਦਾ ਕਸੂਰ ਕੋਈ ਨੀ ਹੁੰਦਾ, ਠੀਕ ਹੈ ਨਾ। ਮੈਂ ਕਿਹਾ ਤੇਰੇ ਵਾਸਤੇ ਉਹ ਹੀਰੇ ਆ, ਤੇਰਾ ਧੀ ਪੁੱਤ ਨਾ ਤੇਰਾ ਸੀ ਹੀਰੇ ਆ, ਸਾਡਾ ਤਾਂ ਭਤੀਜਾ ਅੱਗੇ ਰਹਿੰਦਾ ਬਿਮਾਰ, ਪਤਾ ਨੀ ਇਸੇ ਪਤਾ ਨੀ ਜਿੱਦਾਂ ਦੀ ਤੂੰ ਬੋਲ ਦਈ ਆ ਦਿਆ ਬੋਲਣ, ਪਤਾ ਨੀ ਇਸੇ ਵਜ੍ਹਾ ਤੋਂ ਰਹਿੰਦਾ।
ਅੱਲਾ ਨੂੰ ਤੰਦਰੁਸਤੀ ਦੇਵੇ, ਅੱਲਾ ਨੂੰ ਜ਼ਿੰਦਗੀ ਕਰੇ, ਅੱਲਾ ਨੂੰ ਸਿਹਤ ਦੇਵੇ, ਲੰਮੀ ਉਮਰ ਕਰੇ ਉਹਦੀ। ਮਗਰ ਉੱਪਰ ਦੇਸ਼ ਚ ਬੈਠਾ ਜਾ ਕੇ ਆਪਣੀ ਆਪਣੀ ਲਾਤ ਖਾਤਰ ਹੀ ਬੈਠਾ ਹੋਇਆ, ਤੇ ਬੰਦੇ ਨੂੰ ਇੱਦਾਂ ਦਾ ਬੋਲ ਨੀ ਬੋਲਣਾ ਚਾਹੀਦਾ, ਨਾਲੇ ਇੱਡਾ ਵੱਡਾ ਬੋਲ ਨੀ ਬੋਲਣਾ ਚਾਹੀਦਾ, ਤੇ ਜਿਹੜਾ ਰੱਬ ਨੂੰ ਵੀ ਪਸੰਦ ਨਾ ਹੋਵੇ। ਸਿਆਣੇ ਕਹਿੰਦੇ ਗੱਲ ਓਨੀ ਕੀ ਕਰੋ ਕੱਲ ਨੂੰ ਜਿਹੜੀ ਮੂੰਹ ਚ ਵੀ ਪੈ ਜਾਵੇ। ਐਸੀਆਂ ਐਸੀਆਂ ਗੱਲਾਂ ਨਾ ਕੱਢੋ ਜਿਹੜੀਆਂ ਮੁੜ ਕੇ ਮੂੰਹ ਚ ਨਾ ਪੈਣ, ਤੇ ਥੋੜਾ ਬਹੁਤਾ ਨਾ ਬੋਲ ਕੇ ਬੰਦੇ ਨੂੰ ਸੋਚਣਾ ਚਾਹੀਦਾ, ਸੋਚ ਸਮਝ ਕੇ ਕਮੈਂਟ ਕਰਨਾ ਚਾਹੀਦਾ ਵਾ ਮੈਂ ਕਿਸ ਤਰ੍ਹਾਂ ਦਾ ਕਮੈਂਟ ਕਰਾਂ, ਕਿਸ ਤਰ੍ਹਾਂ ਨਾ ਨਾ ਕਰਾਂ, ਕਿਉਂਕਿ ਜਿਹੜਾ ਅਗਲਾ ਬੰਦਾ ਉਹਨੂੰ ਬੁਰਾ ਮਹਿਸੂਸ ਨਾ ਲੱਗੇ, ਉਹਦਾ ਦਿਲ ਨਾ ਦੁਖੇ। ਅਸੀਂ ਤਾਂ ਨਹੀਂ ਅੱਜ ਤੱਕ ਐਸੀ ਵੈਸੀ ਵੀਡੀਓ ਦੇ ਵਿੱਚ ਕੋਈ ਗੱਲਬਾਤ ਕੀਤੀ ਹੈਗੀ ਜਿਹੜੀ ਸਾਡੀ YouTube ਫੈਮਿਲੀ ਨੂੰ ਬੁਰਾ ਮਹਿਸੂਸ ਲੱਗੇ, ਜਾਂ ਕੋਈ ਗੱਲ ਸਾਡੀ ਐਸੀ ਜਿਹੜੀ ਬੁਰੀ ਲੱਗੇ, ਅਸੀਂ ਤਾਂ ਨਹੀਂ ਕਰਦੇ ਹੈਗੇ, ਕਿਉਂਕਿ ਉਹ ਸੋਹਣੇ ਰੱਬ ਦੀ ਜ਼ਾਤ ਤੋਂ ਡਰਦੇ ਹਾਂ ਅਸੀਂ। ਤੇ ਜਿਹੜਾ ਸੋਹਣੇ ਰੱਬ ਦੀ ਜ਼ਾਤ ਤੋਂ ਡਰਦਾ ਨਾ, ਉਹ ਕੋਈ ਐਸੀ ਵੈਸੀ ਗੱਲ ਨਹੀਂ ਕਰਦਾ। ਮਗਰ ਮੈਨੂੰ ਲੱਗਦਾ ਤੈਨੂੰ ਡਰ ਨਹੀਂ ਹੈਗਾ, ਤੈਨੂੰ ਡਰ ਹੁੰਦਾ ਤੂੰ ਇਸ ਤਰ੍ਹਾਂ ਦਾ ਕਮੈਂਟ ਨਾ ਕਰਦਾ। ਬੱਚੇ ਵੀ ਮੈਂ ਆਪਣੇ ਬੱਚਿਆਂ ਨੂੰ ਖਾਣਾ ਛਾਣਾ ਖਿਲਾ ਲਿਆ ਵਾ, ਤੇ ਮੈਂ ਕਿਹਾ ਮੈਂ ਵੀਡੀਓ ਬਣਾਉਣਾ ਬਿਹਤਰ ਸਮਝਿਆ, ਮੈਂ ਕਿਹਾ ਜਵਾਬ ਦੇਣਾ ਨਾ ਮੇਰੇ ਵਾਸਤੇ ਬਿਹਤਰ ਆ, ਐਂ ਤਾਂ ਮੈਨੂੰ ਕਮੈਂਟ ਨਾ ਕਰੇ, ਠੀਕ ਹੈ ਨਾ ਮੈਨੂੰ ਔਰ ਨਾ ਮੇਰੇ ਭਾਈ ਦੇ ਚੈਨਲ ਤੇ ਜਾ ਕੇ, ਠੀਕ ਹੈ ਨਾ। ਤੇ ਮੈਂ ਆਪਣੇ ਬੱਚਿਆਂ ਨੂੰ ਖਾਣਾ ਛਾਣਾ ਖਿਲਾ ਲਿਆ, ਸ਼ਾਮ ਦਾ ਖਾਣਾ ਮੇਰੇ ਬੱਚਿਆਂ ਨੇ ਖਾ ਲਿਆ ਵਾ, ਤੇ ਦੇਖੋ ਸ਼ਦੇਵ ਸੌਣ ਦਿਆ ਵਾ, ਤੇ ਬੱਚਿਆਂ ਨੂੰ ਹੁਣ ਕੰਬਲ ਵਗੈਰਾ ਵਿਛਾ ਰੱਖ ਦੇਣੀ ਆ, ਪੱਖਾ ਵਗੈਰਾ ਲਾਉਣੀ ਆ, ਲਾ ਕੇ ਬੱਚਿਆਂ ਨੂੰ ਸੁਲਾਉਣੀ ਆ, ਤੇ ਕਿਉਂਕਿ ਬੱਚਿਆਂ ਨੂੰ ਸਕੂਲੇ ਵੀ ਜਾਣਾ ਸੁਬਹਾ। ਤੇ ਮੇਰੀ YouTube ਫੈਮਿਲੀ ਨੂੰ, ਮੈਂ ਆਪਣੀ YouTube ਫੈਮਿਲੀ ਨੂੰ ਕੋਈ ਗੱਲਬਾਤ ਐਸੀ ਨਹੀਂ ਕਹੀ ਹੈਗੀ ਜਿਹੜੀ ਮੇਰੀ ਫੈਮਿਲੀ ਨੂੰ, YouTube ਪੂਰੀ ਫੈਮਿਲੀ ਨੂੰ ਬੁਰਾ ਮਹਿਸੂਸ ਲੱਗੇ, ਸਿਰਫ ਉਸ ਬੰਦੇ ਨੂੰ ਮੈਂ ਕਹੀ ਆ ਜਿਹਨੇ ਸਾਨੂੰ ਕਮੈਂਟ ਕੀਤੇ ਆ, ਠੀਕ ਹੈ ਨਾ, ਜਿਹਨੇ ਸਾਡੀ ਲਾਤ ਦੇ ਬਾਰੇ ਕਮੈਂਟ ਕੀਤੇ ਆ, ਠੀਕ ਹੈ ਨਾ। ਤੇ ਇਸ ਵਾਸਤੇ ਮਾਜ਼ਰ ਚਾਹੁੰਦੀ ਹਾਂ ਮੇਰੀ YouTube ਫੈਮਿਲੀ ਬੁਰਾ ਮਹਿਸੂਸ ਨਾ ਕਰਨ। ਤੇ ਸ਼ਰਦ ਪਾਪਾ ਹੁਣ ਦੀ ਕਾਲ ਸੀਗੀ, ਆਈ ਕਹਿੰਦੇ ਸੀ ਮਾਸ਼ਾ ਕੰਮ ਤੇ ਲੱਗ ਗਏ ਅਸੀਂ, ਮੈਂ ਕਿਹਾ ਚਲੋ ਅੱਲਾ ਖੈਰ ਕਰੇ। ਤੇ ਕਹਿੰਦੇ ਮਾਸ਼ਾ ਬਹੁਤ ਸੋਹਣਾ ਕੰਮ, ਸਾਡੇ 4 ਦਿਨ ਲੱਗਣਗੇ ਇੱਥੇ, ਮਹੀਨੇ 2 ਮਹੀਨੇ ਲੱਗ ਜਾਣਗੇ, ਮੈਂ ਕਿਹਾ ਚਲੋ ਠੀਕ ਆ ਅੱਲਾ ਕਰੇ ਖੈਰ। ਕਹਿੰਦੇ ਬਸ ਬੱਚਿਆਂ ਦਾ ਧਿਆਨ ਕਰਿਓ, ਮੈਂ ਕਹਿੰਦੀ ਮਾਸ਼ਾ ਬੱਚੇ ਸਕੂਲ ਜਾਂਦੇ, ਟਿਊਸ਼ਨ ਗਏ ਸੀ ਅੱਜ, ਤੇ ਬੱਚਿਆਂ ਨਾਲ ਗੱਲ ਵੀ ਕਰਵਾ ਕੇ ਹਟੀ ਆ ਵੀਡੀਓ ਕਾਲ ਤੇ, ਸਾਰੇ ਬੱਚਿਆਂ ਨੇ ਕੀਤੀ ਹੈ ਗੱਲ, ਤੇ ਵੀਡੀਓ ਅੰਤ ਕਰਦੀ ਹਾਂ। ਸਾਡਾ ਇਹ ਵੀਡੀਓ ਅਗਰ ਮੇਰੇ ਪਸੰਦ ਆਵੇ ਲਾਈਕ ਕਰੋ, ਸ਼ੇਅਰ ਕਰਿਓ ਔਰ ਕਮੈਂਟ ਵਿੱਚ ਲਾਜ਼ਮੀ ਦੱਸਿਓ ਮੈਂ ਉਸ ਬੰਦੇ ਦੀ ਕਲਾਸ ਸਹੀ ਲਾਈ ਨਾ, ਜਿਹੜਾ ਸਾਡੀ ਲਾਤ ਦੇ ਬਾਰੇ ਕੁਛ ਬੋਲ ਬੋਲੇ, ਠੀਕ ਹੈ ਨਾ। ਸਾਨੂੰ ਯਾਦ, ਅੱਲਾ ਹਾਫਿਜ਼।